ਮੇਰਾ ਨਾਮ ਲਖਵਿੰਦਰ ਕੌਰ। ਅੱਛਾ ਲਖਵਿੰਦਰ, ਕੀ ਹੋਇਆ, ਕੀ ਸੀ ਕੱਲ ਜਿਹੜੀ ਇਹ ਵੀਡੀਓ ਸਾਹਮਣੇ ਆਇਆ, ਕੀ ਉਹਦੇ ਵਿੱਚ? ਸਰ ਇੱਥੇ ਜਦੋਂ ਅਸੀਂ ਪੁੱਜੇ ਹਾਂ, ਪੁਲਿਸ ਕਾਫੀ ਪਹੁੰਚ ਗਈ ਆ, ਮਤਲਬ 1000 ਦੇ ਲਾਗੇ ਪੁਲਿਸ ਸੀ। ਬਾਅਦ 'ਚ ਇੱਕ ਇੱਥੇ ਬੇਟਾ ਸੀ ਡੇਰੇ ਦਾ ਜਵਾਨ, ਉਹਨੂੰ ਬੜਾ ਕੁੱਟਮਾਰ ਕਰ ਰਹੇ। ਬਾਅਦ 'ਚ ਉਹਦੀ ਮੰਮੀ ਨੂੰ ਇੱਦਾਂ ਕੁਛ ਹੋ ਗਿਆ ਵੇਖ ਕੇ, ਛੋਟੀਆਂ ਛੋਟੀਆਂ ਗੁੱਡੀਆਂ, ਉਹ ਕਹਿੰਦੀ ਨਾ ਖੜੋ ਨਾ ਖੜੋ। ਅਸੀਂ ਉੱਧਰ ਸੀ, ਬਾਅਦ 'ਚ ਮੇਰੇ ਹਸਬੈਂਡ ਦਾ ਮੈਨੂੰ ਪਤਾ ਨਹੀਂ ਲੱਗਾ ਕਿਹੜੇ ਵੇਲੇ ਉਹ ਇੱਥੇ ਆ ਗਏ ਆ ਘਰੋਂ, ਉਹਨਾਂ ਨੇ ਮੈਨੂੰ ਘੱਲਿਆ। ਅਤੇ ਬਾਅਦ 'ਚ ਮੈਂ ਜਦੋਂ ਇੱਦਾਂ ਵੇਖਿਆ ਵਾਪਸ, ਅਤੇ ਉਹਨਾਂ ਨੂੰ ਥੱਲੇ ਸੁੱਟਿਆ ਹੋਇਆ ਪਰਨਾ, ਜਿਹੜੀ ਉਹਨਾਂ ਦੀ ਪੱਗ ਸੀ ਉਹ ਪੈਰਾਂ 'ਚ ਸੀ, ਅਤੇ ਮਤਲਬ ਉਹਨਾਂ ਨੂੰ ਕੁੱਟਣ ਮਾਰਨ ਡਏ ਸੀ। ਅਤੇ ਉਹਨਾਂ ਨੂੰ ਬਾਅਦ ਵਿੱਚ ਜਦੋਂ ਕੁੱਟਮਾਰ ਕਰ ਰਹੇ ਤਾਂ ਮੈਂ ਪਹੁੰਚ ਗਈ ਉੱਥੇ, ਅਤੇ ਮੈਂ ਅਟੈਕ ਹੋਇਆ, ਮਸਾਂ ਅਸੀਂ ਬਚਾਏ ਆ। ਅਤੇ ਸਰ ਇਸ ਕਰਕੇ ਜਦੋਂ ਮੈਂ ਉਹਨਾਂ ਨੂੰ ਕਿਹਾ ਕਿਉਂ ਮਾਰੇ ਕਿਉਂ ਮਾਰੇ, ਤਾਂ ਸਰ ਉਹ ਪੁਲਿਸ ਵਾਲੇ ਨੇ ਮੇਰੇ ਵੀ ਥੱਪੜ ਮਾਰਿਆ ਬਹੁਤ ਜ਼ੋਰ, ਜਦੋਂ ਥੱਪੜ ਮਾਰਿਆ ਸਰ। ਅਤੇ ਬਾਅਦ 'ਚ ਫਿਰ ਉਹਨਾਂ ਨੂੰ ਪਰਨਾ ਪੁਰਨਾ ਸਾਰਿਆਂ ਦਿੱਤਾ, ਹੋਰ ਵੀ ਬੰਦੇ ਲੱਗ ਗਏ, ਉਹਨਾਂ ਨੇ ਕਿਹਾ ਨਾ ਮਾਰੋ ਨਾ ਮਾਰੋ, ਕਿਸੇ ਨੇ ਠਾਇਆ ਕਿਸੇ ਨੇ ਪਾਣੀ ਦਿੱਤਾ। ਅਤੇ ਸਰ ਅਸੀਂ ਘਰੋਂ ਵੀ ਇੱਦਾਂ ਵਾ, ਜ਼ਮੀਨ ਵੀ ਸਾਡੀ ਵਿੱਚ ਵਾ, ਕੁਛ ਸਾਨੂੰ ਬੈਲੈਂਸ ਕੋਈ ਪੂਰਾ ਨਹੀਂ ਮਿਲ ਰਿਹਾ, ਮਤਲਬ ਬੈਲੈਂਸ ਜਿਹੜਾ ਵਾ ਕੰਮ ਦੇ ਰਹੇ ਆ, ਅਤੇ ਸਾਨੂੰ ਪੈਸੇ ਵੀ ਫੁੱਲ ਚਾਹੀਦੇ ਆ ਸਾਰਿਆਂ ਨੂੰ, ਅਤੇ ਸਾਡੇ ਨਾਲ ਧੱਕੇਸ਼ਾਹੀ ਹੋ ਰਹੀ ਆ ਸਰ। ਸਾਨੂੰ ਇਹ ਇਨਸਾਫ ਚਾਹੀਦਾ, ਸਾਨੂੰ ਪੁਲਿਸ ਵਾਲੇ ਨੇ ਕਿਉਂ ਮਾਰਿਆ ਮੇਰੇ ਹਸਬੈਂਡ ਨੂੰ, ਮੈਨੂੰ ਕਿਉਂ ਚਪੇੜਾਂ ਮਾਰੀਆਂ, ਸਾਨੂੰ ਇਨਸਾਫ ਮਿਲਣਾ ਚਾਹੀਦਾ। ਤੁਹਾਡੀ ਕਿੰਨੀ ਜਗ੍ਹਾ ਜ਼ਮੀਨ ਆ ਰਹੀ ਹੈ ਸਰ? 1.5 ਏਕੜ। ਇਹ ਮੇਰਾ ਬੇਟਾ ਬਿਮਾਰ ਆ 6 ਸਾਲ ਤੋਂ, ਇਹ 4 ਸਾਲ ਤੋਂ ਬਿਮਾਰ ਆ, ਹਾਰਟ ਦਾ ਪੇਸ਼ੈਂਟ ਆ। ਹਾਂਜੀ ਹਾਂਜੀ, ਇਹ ਹਾਰਟ ਅਟੈਕ। ਮੇਰਾ ਨਾਮ ਲਖਵਿੰਦਰ ਕੌਰ। ਅੱਛਾ ਲਖਵਿੰਦਰ, ਕੀ ਹੋਇਆ, ਕੀ ਸੀ ਕੱਲ ਜਿਹੜੀ ਇਹ ਵੀਡੀਓ ਸਾਹਮਣੇ ਆਇਆ, ਕੀ ਉਹਦੇ ਵਿੱਚ? ਸਰ ਇੱਥੇ ਜਦੋਂ ਅਸੀਂ ਪੁੱਜੇ ਹਾਂ, ਪੁਲਿਸ ਕਾਫੀ ਪਹੁੰਚ ਗਈ ਆ, ਮਤਲਬ 1000 ਦੇ ਲਾਗੇ ਪੁਲਿਸ ਸੀ। ਬਾਅਦ 'ਚ ਇੱਕ ਇੱਥੇ ਬੇਟਾ ਸੀ ਡੇਰੇ ਦਾ ਜਵਾਨ, ਉਹਨੂੰ ਬੜਾ ਕੁੱਟਮਾਰ ਕਰ ਰਹੇ। ਬਾਅਦ 'ਚ ਉਹਦੀ ਮੰਮੀ ਨੂੰ ਇੱਦਾਂ ਕੁਛ ਹੋ ਗਿਆ ਵੇਖ ਕੇ, ਛੋਟੀਆਂ ਛੋਟੀਆਂ ਗੁੱਡੀਆਂ, ਉਹ ਕਹਿੰਦੀ ਨਾ ਖੜੋ ਨਾ ਖੜੋ। ਅਸੀਂ ਉੱਧਰ ਸੀ, ਬਾਅਦ 'ਚ ਮੇਰੇ ਹਸਬੈਂਡ ਦਾ ਮੈਨੂੰ ਪਤਾ ਨਹੀਂ ਲੱਗਾ ਕਿਹੜੇ ਵੇਲੇ ਉਹ ਇੱਥੇ ਆ ਗਏ ਆ ਘਰੋਂ, ਉਹਨਾਂ ਨੇ ਮੈਨੂੰ ਘੱਲਿਆ। ਅਤੇ ਬਾਅਦ 'ਚ ਮੈਂ ਜਦੋਂ ਇੱਦਾਂ ਵੇਖਿਆ ਵਾਪਸ, ਅਤੇ ਉਹਨਾਂ ਨੂੰ ਥੱਲੇ ਸੁੱਟਿਆ ਹੋਇਆ ਪਰਨਾ, ਜਿਹੜੀ ਉਹਨਾਂ ਦੀ ਪੱਗ ਸੀ ਉਹ ਪੈਰਾਂ 'ਚ ਸੀ, ਅਤੇ ਮਤਲਬ ਉਹਨਾਂ ਨੂੰ ਕੁੱਟਣ ਮਾਰਨ ਡਏ ਸੀ। ਅਤੇ ਉਹਨਾਂ ਨੂੰ ਬਾਅਦ ਵਿੱਚ ਜਦੋਂ ਕੁੱਟਮਾਰ ਕਰ ਰਹੇ ਤਾਂ ਮੈਂ ਪਹੁੰਚ ਗਈ ਉੱਥੇ, ਅਤੇ ਮੈਂ ਅਟੈਕ ਹੋਇਆ, ਮਸਾਂ ਅਸੀਂ ਬਚਾਏ ਆ। ਅਤੇ ਸਰ ਇਸ ਕਰਕੇ ਜਦੋਂ ਮੈਂ ਉਹਨਾਂ ਨੂੰ ਕਿਹਾ ਕਿਉਂ ਮਾਰੇ ਕਿਉਂ ਮਾਰੇ, ਤਾਂ ਸਰ ਉਹ ਪੁਲਿਸ ਵਾਲੇ ਨੇ ਮੇਰੇ ਵੀ ਥੱਪੜ ਮਾਰਿਆ ਬਹੁਤ ਜ਼ੋਰ, ਜਦੋਂ ਥੱਪੜ ਮਾਰਿਆ ਸਰ। ਅਤੇ ਬਾਅਦ 'ਚ ਫਿਰ ਉਹਨਾਂ ਨੂੰ ਪਰਨਾ ਪੁਰਨਾ ਸਾਰਿਆਂ ਦਿੱਤਾ, ਹੋਰ ਵੀ ਬੰਦੇ ਲੱਗ ਗਏ, ਉਹਨਾਂ ਨੇ ਕਿਹਾ ਨਾ ਮਾਰੋ ਨਾ ਮਾਰੋ, ਕਿਸੇ ਨੇ ਠਾਇਆ ਕਿਸੇ ਨੇ ਪਾਣੀ ਦਿੱਤਾ। ਅਤੇ ਸਰ ਅਸੀਂ ਘਰੋਂ ਵੀ ਇੱਦਾਂ ਵਾ, ਜ਼ਮੀਨ ਵੀ ਸਾਡੀ ਵਿੱਚ ਵਾ, ਕੁਛ ਸਾਨੂੰ ਬੈਲੈਂਸ ਕੋਈ ਪੂਰਾ ਨਹੀਂ ਮਿਲ ਰਿਹਾ, ਮਤਲਬ ਬੈਲੈਂਸ ਜਿਹੜਾ ਵਾ ਕੰਮ ਦੇ ਰਹੇ ਆ, ਅਤੇ ਸਾਨੂੰ ਪੈਸੇ ਵੀ ਫੁੱਲ ਚਾਹੀਦੇ ਆ ਸਾਰਿਆਂ ਨੂੰ, ਅਤੇ ਸਾਡੇ ਨਾਲ ਧੱਕੇਸ਼ਾਹੀ ਹੋ ਰਹੀ ਆ ਸਰ। ਸਾਨੂੰ ਇਹ ਇਨਸਾਫ ਚਾਹੀਦਾ, ਸਾਨੂੰ ਪੁਲਿਸ ਵਾਲੇ ਨੇ ਕਿਉਂ ਮਾਰਿਆ ਮੇਰੇ ਹਸਬੈਂਡ ਨੂੰ, ਮੈਨੂੰ ਕਿਉਂ ਚਪੇੜਾਂ ਮਾਰੀਆਂ, ਸਾਨੂੰ ਇਨਸਾਫ ਮਿਲਣਾ ਚਾਹੀਦਾ। ਤੁਹਾਡੀ ਕਿੰਨੀ ਜਗ੍ਹਾ ਜ਼ਮੀਨ ਆ ਰਹੀ ਹੈ ਸਰ? 1.5 ਏਕੜ। ਇਹ ਮੇਰਾ ਬੇਟਾ ਬਿਮਾਰ ਆ 6 ਸਾਲ ਤੋਂ, ਇਹ 4 ਸਾਲ ਤੋਂ ਬਿਮਾਰ ਆ, ਹਾਰਟ ਦਾ ਪੇਸ਼ੈਂਟ ਆ। ਹਾਂਜੀ ਹਾਂਜੀ, ਇਹ ਹਾਰਟ ਅਟੈਕ। ਤਾਂਤਰਿਕ ਬਾਬਿਆਂ ਤੋਂ ਨਿਰਾਸ਼ ਹੋ ਤਾਂ ਜਲਦ ਹੀ ਮਿਲੋ ਵਿਸ਼ਵ ਪ੍ਰਸਿੱਧ ਤਾਂਤਰਿਕ ਮੀਆਂ ਜੁਨੇਜ ਖਾਨ, 9859-68-628। ਮੇਰੀ ਮਾਤਾ ਭੈਣਾਂ ਖਾਸ ਰਿਆਇਤ ਤੇ ਇੱਕ ਵਾਰ ਜ਼ਰੂਰ ਮਿਲੋ। ਸਪੈਸ਼ਲਿਸਟ ਵਸ਼ੀਕਰਨ, ਲਵ ਮੈਰਿਜ, ਮੁਟਕਰਨੀ, ਪਤੀ ਪਤਨੀ ਦੇ ਵਿੱਚ ਅਣਬਨ, ਤਲਾਕ, ਕਾਰੋਬਾਰ ਜਾਂ ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ, ਸੌਤਨ ਦੁਸ਼ਮਣ ਤੋਂ ਛੁਟਕਾਰਾ ਅਤੇ ਗ੍ਰੈਕਲਿਸ਼ ਜੋਤਿਸ਼ ਤਾਂਤਰਿਕਾ ਤੋਂ ਧੋਖਾ ਖਾਏ ਲੋਕ ਇੱਕ ਵਾਰ ਜ਼ਰੂਰ ਫੋਨ ਕਰੋ। ਮੈਂ ਤੁਹਾਨੂੰ ਨਿਰਾਸ਼ ਨਹੀਂ ਹੋਣ ਦੇਵਾਂਗਾ, 11 ਘੰਟਿਆਂ ਦੇ ਵਿੱਚ ਤੁਹਾਡੀ ਹਰ ਸਮੱਸਿਆ ਦਾ ਹੱਲ ਹੋਵੇਗਾ। ਮਿਲੋ ਲੁਧਿਆਣਾ ਦੇ ਵਿੱਚ ਮੀਆਂ ਜੁਨੇਜ ਖਾਨ, 9159-68-628, 9159-68-628।